ਸਤਿ ਸ਼੍ਰੀ ਅਕਾਲ ਜੀ, ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਜੰਮੂ ਦੇ ਵਿੱਚ ਬਣੇ ਹੋਏ ਐਕੁਏਰੀਅਮ ਨੂੰ ਵਿਜ਼ਿਟ ਕਰਾਂਗੇ। ਆਓ ਚੱਲਦੇ ਹਾਂ ਇਸ ਦੇ ਅੰਦਰ, ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਟਿਕਟਸ ਆਪਾਂ ਲੈ ਲਈਏ ਨੇ ਜੀ, ਆਹ ਨੇ ਆਪਣੀਆਂ ਟਿਕਟਾਂ ਜੀ। ਮੋਬਾਈਲ ਦੀ ਟਿਕਟ ਆ 25 ਰੁਪਏ ਦੀ, ਅਤੇ ਇਹ ਟਿਕਟਾਂ ਨੇ 30-30 ਰੁਪਏ ਦੀਆਂ, ਦੋ ਜਣਿਆਂ ਦੀਆਂ, ਇਹਨੂੰ ਦੇਖਣ ਦੀਆਂ ਜੀ। ਹੁਣ ਆਪਾਂ ਚੱਲਦੇ ਹਾਂ ਜੀ ਐਕੁਏਰੀਅਮ ਦੇ ਅੰਦਰ। ਇਸ ਸਾਈਡ ਬਣਿਆ ਹੋਇਆ ਬਾਹੂ ਫੋਰਟ ਜੀ, ਜਿਸ ਦੇ ਅੰਦਰ ਕਾਲੀ ਮਾਤਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਜੀ। ਆਓ ਚੱਲਦੇ ਹਾਂ ਅੰਦਰ ਨੂੰ ਜੀ। ਹੁਣ ਆਪਾਂ ਇੱਕ ਫਿਸ਼ ਦੀ ਤਰ੍ਹਾਂ ਬਣਾਏ ਹੋਏ ਮਾਡਲ ਦੇ ਪੇਟ ਵਿੱਚ ਐਂਟਰ ਹੋਣ ਜਾ ਰਹੇ ਹਾਂ। ਬਹੁਤ ਹੀ ਸੁੰਦਰ ਇਸ ਦੇ ਪੇਟ ਵਿੱਚ ਐਕੁਏਰੀਅਮ ਬਣਾਇਆ ਹੋਇਆ। ਜੰਮੂ ਦੀ ਪਲੇਲਿਸਟ ਦੀ ਸ਼ੁਰੂਆਤ ਅਸੀਂ ਸ਼੍ਰੀ ਰਘੂਨਾਥ ਟੈਂਪਲ ਤੋਂ ਕੀਤੀ ਸੀ। ਬਹੁਤ ਹੀ ਵੱਡਾ, ਬਹੁਤ ਹੀ ਸੁੰਦਰ ਮੰਦਿਰ ਬਣਾਇਆ ਹੋਇਆ ਜੀ, ਜਿਸ ਵਿੱਚ ਬਹੁਤ ਹੀ ਵੱਡਾ ਸ਼ਿਵਲਿੰਗ ਸਥਾਪਿਤ ਕੀਤਾ ਗਿਆ, ਜੋ ਕਿ 170 ਸਾਲ ਪੁਰਾਣਾ। ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਉਸ ਮੰਦਿਰ ਦੇ ਜ਼ਰੂਰ ਦਰਸ਼ਨ ਕਰਿਓ ਜੀ। ਇੱਥੇ ਤੁਸੀਂ ਵੱਖ ਵੱਖ ਤਰ੍ਹਾਂ ਦੀ ਫਿਸ਼ਿਸ ਨੂੰ ਦੇਖ ਸਕਦੇ ਹੋ ਅਤੇ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਇਹ ਵੱਡੀਆਂ ਮੱਛੀਆਂ ਨੇ, ਬਲੈਕ ਸ਼ਾਰਕਸ, ਛੋਟੀ ਛੋਟੀਆਂ ਤੁਸੀਂ ਦੇਖ ਸਕਦੇ ਹੋ। ਇੱਥੇ ਆ ਕੇ ਤੁਹਾਨੂੰ ਬਹੁਤ ਹੀ ਸੋਹਣਾ ਲੱਗੇਗਾ। ਬਹੁਤ ਹੀ ਸੋਹਣਾ ਲੱਗਦਾ ਹੋਇਆ ਤੈਰਦਾ ਹੋਇਆ। ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੀ ਫਿਸ਼ਿਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ। ਤੁਸੀਂ ਇੱਥੇ ਆ ਕੇ ਇਹਨਾਂ ਨੂੰ ਦੇਖ ਸਕਦੇ ਹੋ ਅਤੇ ਇਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਇਹ ਹੈ ਜੀ ਇੱਥੇ ਦਾ ਫੁੱਲ ਵਿਊ, ਤੁਸੀਂ ਦੇਖ ਸਕਦੇ ਹੋ। ਇੱਥੇ ਅਸੀਂ ਖਾਣ ਪੀਣ ਦੀ ਵਸਤੂ ਲੈ ਕੇ ਨਹੀਂ ਆ ਸਕਦੇ ਅਤੇ ਤੁਸੀਂ ਇੱਥੇ ਬਹੁਤ ਸਾਰੀ ਜਾਣਕਾਰੀ ਫਿਸ਼ਿਸ ਦੇ ਬਾਰੇ 'ਚ ਲੈ ਸਕਦੇ ਹੋ। ਇੱਥੇ ਕੁਝ ਫਿਸ਼ਿਸ ਦੇ ਮਾਡਲਸ ਵੀ ਰੱਖੇ ਹੋਏ ਨੇ, ਪਿੰਜਰ ਨੇ ਕਈ ਮੱਛੀਆਂ ਦੇ, ਇਸ ਜਗ੍ਹਾ ਦੇ ਉੱਤੇ ਪਏ ਨੇ, ਦੇਖੋ ਪਿੰਜਰ ਨੇ ਇਹ ਮੱਛੀਆਂ ਦੇ, ਜਿਵੇਂ ਇਨਸਾਨਾਂ ਨੇ ਪਿੰਜਰ ਰੱਖੇ ਹੁੰਦੇ ਆ ਸਾਂਭ ਕੇ, ਹੈ ਨਾ, ਉਸੇ ਤਰ੍ਹਾਂ ਮੱਛੀਆਂ ਦੇ ਨੇ। ਦੇਖੋ ਇੱਧਰ ਕਾਫੀ ਪਿਕਚਰਸ ਲਗਾਈਆਂ ਹੋਈਆਂ ਨੇ। ਆਓ ਚੱਲਦੇ ਹਾਂ ਅੱਗੇ ਨੂੰ ਜੀ। ਬਹੁਤ ਹੀ ਵੈਰਾਈਟੀ ਦੀਆਂ ਫਿਸ਼ਿਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ। ਇੱਥੇ ਤੁਹਾਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ। ਇੱਥੇ ਕੁਛ ਚਾਰਟਸ ਰਾਹੀਂ ਵੀ ਮੱਛੀਆਂ ਦੇ ਬਾਰੇ 'ਚ ਇਨਫੋਰਮੇਸ਼ਨ ਦਿੱਤੀ ਹੋਈ ਹੈ ਜੀ, ਤੁਸੀਂ ਲੈ ਸਕਦੇ ਹੋ। Thank you.
जगह तो सिटी का बहुत ही सुंदर व्यू दिखता है। तुसी देख सकते हो इधर जम्मू तवी रिवर है, सामने सिटीस्केप। इतने बहुत सारी फोटोज क्लिक करवा सकते हो। इस मच्छी के बहुत ही ज्यादा तिखे दंद होंगे, ये ज्यादातर शिकार ही करते हैं क्योंकि मांसाहारी मच्छी है। ਤੁਸੀਂ ਦੇਖ ਸਕਦੇ ਕਿੰਨੀਆਂ ਕੱਟੀਆਂ ਮੱਛੀਆਂ ਨੇ ਇਹ ਕਾਲੇ ਰੰਗ ਦੀਆਂ। ਸਾਈਜ਼ ਦੇਖੋ ਇਹਨਾਂ ਦਾ ਕੱਟਾ ਕੱਟਾ ਆ। ਤੁਸੀਂ ਨਾ ਸਾਡੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਦਿੱਲੀ ਗਏ ਸੀ ਹੈ ਨਾ, ਉੱਥੇ ਆਪਾਂ ਜਾਨੀ ਕਈ ਸਟੇਟਾਂ ਦੇ ਘਰ ਦੇਖੇ ਸੀ, ਕਈ ਸਟੇਟਾਂ ਦੀਆਂ ਹਸਤ ਕਲਾਵਾਂ ਦੇਖੀਆਂ ਸੀ ਹੈ ਨਾ, ਅਤੇ ਕਈ ਮਿਊਜ਼ੀਅਮ ਦੇਖੇ ਸੀ। ਇਹ ਦੇਖੋ ਤੁਸੀਂ ਮੱਛੀਆਂ ਬਾਰੇ ਹੀ ਜਾਣਕਾਰੀ ਦਿੱਤੀ ਹੋਈ ਆ, ਜਾਨੀ ਆਪਣੇ ਬੱਚਿਆਂ ਨਾਲ ਆਪਾਂ ਜੇ ਉਰੇ ਆਉਂਦੇ ਹਾਂ ਆਪਣੀ ਫੈਮਿਲੀ ਦੇ ਨਾਲ ਤਾਂ ਫਿਸ਼ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਇੱਥੋਂ ਮੱਛੀਆਂ ਬਾਰੇ ਆਪਾਂ ਲੈ ਸਕਦੇ ਹਾਂ। ਜੰਮੂ ਦੇ ਵਿੱਚ ਜਦੋਂ ਵੀ ਤੁਸੀਂ ਵਿਜ਼ਿਟ ਕਰੋ ਆਓ ਤੁਸੀਂ ਉਰੇ, ਤਾਂ ਇਹ ਫਿਸ਼ ਐਕੁਏਰੀਅਮ ਦੇਖਣਾ ਨਾ ਭੁੱਲਿਓ ਜੀ। ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰ ਜ਼ਰੂਰ ਸਾਡੇ ਕਹਿਣ ਅਨੁਸਾਰ। ਇਹਦੇ ਨਾਲ ਹੀ ਬਾਹੂ ਫੋਰਟ ਬਣਿਆ ਹੋਇਆ ਆ, ਉਹਦੇ ਵਿੱਚ ਮਾਤਾ ਕਾਲੀ ਜੀ ਦਾ ਮੰਦਰ ਬਣਿਆ ਹੋਇਆ ਆ, ਤੁਸੀਂ ਉਸਦੇ ਦਰਸ਼ਨ ਵੀ ਕਰ ਸਕਦੇ ਹੋ ਜੀ। ਇੱਥੇ ਪੂਰਨਸ ਅਤੇ ਸ਼ੈਲਸ ਨੂੰ ਰੱਖਿਆ ਗਿਆ। ਇਸ ਸਾਈਡ ਬਣੀ ਹੋਈ ਹੈ ਡਿਸਪਲੇ ਗੈਲਰੀ, ਜਿੱਥੇ ਤੁਸੀਂ ਮੱਛੀਆਂ ਨੂੰ ਫੜਨ ਲਈ ਜਾਂ ਫਿਰ ਉਹਨਾਂ ਲਈ ਯੂਜ਼ ਹੋਣ ਵਾਲੇ ਸਾਰੇ ਪ੍ਰੋਡਕਟਸ ਨੂੰ ਦੇਖ ਸਕਦੇ ਹੋ। ਜਿਵੇਂ ਮੱਛੀ ਫੜਨੀ ਹੋਵੇ ਹੈ ਨਾ, ਉਹਦੇ ਬਾਰੇ ਕੀ ਸਮਾਨ ਚਾਹੀਦਾ ਆ, ਉਹ ਸਾਰਾ ਕੁਛ ਉਰੇ ਇਹ ਦਿਖਾਇਆ ਹੋਇਆ ਆ, ਚੀਜ਼ਾਂ ਰੱਖੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਆ ਮੱਛੀ ਨੂੰ ਫੜਨ ਲਈ ਆ ਕੁੰਡੀਆਂ, ਆ ਦੇ ਇਸ ਸਾਈਡ ਤੇ ਫਿਸ਼ਿੰਗ ਰੋਡ, ਨੈਟ ਦੇਖ ਸਕਦੇ ਹੋ, ਇਹ ਸਾਰਾ ਕੁਛ ਉਰੇ ਰੱਖਿਆ ਹੋਇਆ ਆ, ਆਪਾਂ ਦੇਖ ਸਕਦੇ ਹਾਂ ਜੀ। ਬਹੁਤ ਵੱਡੀ ਗੈਲਰੀ ਬਣੀ ਹੋਈ ਆ ਇਹ, ਜਾਨੀ ਜਾਣਕਾਰੀ ਭਰਪੂਰ ਆ ਪੂਰਾ ਇਹ, ਜਾਨੀ ਜੇ ਆਪਾਂ ਵਾਤਾਵਰਨ ਪ੍ਰੇਮੀ ਹਾਂ ਸਮਝ ਲਓ ਹੈ ਨਾ, ਫਿਸ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਇੱਕ ਵਾਰ ਜ਼ਰੂਰ ਉਰੇ ਵਿਜ਼ਿਟ ਕਰਨੀ ਚਾਹੀਦੀ ਆ ਜੀ, ਆਉਣਾ ਚਾਹੀਦਾ ਆ। ਸਨਸੈਟ ਹੋ ਰਿਹਾ ਦੇਖੋ, ਬਿਲਕੁਲ ਸਾਹਮਣੇ ਐਂ ਲੱਗਦਾ ਆ ਹੈ ਨਾ, ਆਪਣੇ ਸਾਹਮਣੇ ਜਿਵੇਂ ਬਿਲਕੁਲ ਵੀ ਵਿੱਚ ਨੂੰ ਅਸਮਾਨ ਦੇ ਲੁੱਕ ਚੱਲਿਆ ਆ। ਸਾਹਮਣੇ ਦੇਖੋ ਤੁਸੀਂ, ਇਹ ਆ ਜੰਮੂ ਸ਼ਹਿਰ ਜੀ, ਬਹੁਤ ਸੋਹਣਾ ਸ਼ਹਿਰ ਆ ਜੀ। ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਜ਼ਰੂਰ ਵਿਜ਼ਿਟ ਕਰਿਓ ਉਰੇ, ਜਦੋਂ ਮਾਤਾ ਵੈਸ਼ਨੋ ਦੇਵੀ ਦੇ ਯਾਤਰਾ ਨੂੰ ਵੀ ਜਾਂਦੇ ਹਾਂ ਨਾ ਆਪਾਂ, ਤਾਂ ਇੱਕ ਦਿਨ ਉਰੇ ਜ਼ਰੂਰ ਦਿਆ ਕਰੋ, ਉਰੇ ਬਹੁਤ ਸੋਹਣੇ ਪਲੇਸ ਨੇ ਘੁੰਮਣ ਲਈ, ਆਪਾਂ ਘੁੰਮ ਸਕਦੇ ਹਾਂ। ਹੁਣ ਆਪਾਂ ਵਿਜ਼ਿਟ ਕਰਾਂਗੇ ਅਤੇ ਐਕਸਪਲੋਰ ਕਰਾਂਗੇ ਲਾਈਟ ਐਂਡ ਸਾਊਂਡ ਸ਼ੋ। ਇਹਦੀ ਟਿਕਟ ਤੁਸੀਂ ਦੇਖ ਸਕਦੇ ਹੋ 150 ਰੁਪਏ ਪਰ ਪਰਸਨ ਹੈ। ਅਗਰ ਤੁਸੀਂ ਬੋਟ 'ਚ ਬਹਿ ਕੇ ਲਾਈਟ ਐਂਡ ਸਾਊਂਡ ਸ਼ੋ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਹਦੀ ਟਿਕਟ 300 ਰੁਪੀਸ ਪਰ ਪਰਸਨ ਹੈ। ਟਿਕਟਾਂ ਆਪਾਂ ਲੈ ਲਈਆਂ ਨੇ ਅਤੇ ਚੱਲਦੇ ਆਪਾਂ ਇਹਦੇ ਅੰਦਰ ਨੂੰ ਜੀ, ਵਿਜ਼ਿਟ ਕਰਦੇ ਹਾਂ ਅੰਦਰ ਤੋਂ। ਅਸੀਂ ਤੁਹਾਨੂੰ ਲਾਈਟ ਐਂਡ ਸਾਊਂਡ ਸ਼ੋ ਪੂਰਾ ਦਿਖਾਵਾਂਗੇ, ਬਣੇ ਜੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ, ਬਿਨਾਂ ਸਕਿਪ ਕੀਤੇ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਜੀ। ਇਹ ਵੀ ਜੰਮੂ ਸ਼ਹਿਰ ਦੀ ਇੱਕ ਸ਼ਾਨ ਆ, ਬਹੁਤ ਸੋਹਣਾ ਬਣਿਆ ਹੋਇਆ ਆ, ਨਾਈਟ ਐਂਡ ਸਾਊਂਡ ਸ਼ੋ। ਹਾਂ, ਲਾਈਟ ਐਂਡ ਸਾਊਂਡ ਸ਼ੋ, ਨਾਈਟ ਰਾਤ ਨੂੰ ਹੁੰਦਾ ਜੀ ਇਹ, ਤੇ ਸਟਾਰਟਿੰਗ ਆ ਬਸ ਥੋੜੀ ਬਹੁਤ। ਹੁਣ ਇਹ ਤੁਸੀਂ ਸੁਣ ਸਕਦੇ ਹੋ ਅਜ਼ਾਨ ਦੀ ਆਵਾਜ਼ ਆ ਰਹੀ ਆ, ਜਾਨੀ ਨਮਾਜ਼ ਦਾ ਟਾਈਮ ਹੋ ਗਿਆ। ਇਹ ਸੁਣ ਸਕਦੇ ਹੋ ਤੁਸੀਂ ਸਾਊਂਡ, ਆਵਾਜ਼ ਸੁਣ ਸਕਦੇ ਹੋ ਤੁਸੀਂ। ਯਾ
इस साइड तुसी देख सकते हो फूड कोर्ट बनिया होया जिथो आपां कुछ नाल लेके लाइट एंड साउंड शो नू एंजॉय कर सकते हैं। ए रेट लिस्ट लगी हुई है जी, जो भी तुसी कुछ लेना चाहते हो ए रेट लिस्ट आ, इत्थे तुसी पढ़ के ऑर्डर कर सकते हो। परसों में ही सभी नहीं आए, युगों पहले की बात है। जिस जगह आप आज मौजूद है, जहाँ खूबसूरत शहर जम्मू बसा हुआ है और जहाँ आज बागी बाबू का यह किला शान से बना हुआ है, तब यहाँ ये सब कोई नहीं थे। यहाँ थी तो बस हरी भरी पहाड़ियाँ और जिसमे सदा चमकते सूर्य को लोग मेरा पिता कहते। वैसे कौन कन्या अपना मायका छोड़ना चाहती है, मैं भी नहीं चाहती थी। जैसे राजा पहर मेरे पास आए, राजा मुझसे बोले कि उनके बीमार पिता के इलाज के लिए उन्हें मेरा जल चाहिए। अब रोज कैलाश करने का बीमार मेरे पिता के स्नान के लिए मेरा जल ले जाने संभव नहीं था, तो मैंने ही कुछ सोचा मुझसे जुड़ा ना देगा, मैं उनके पीछे चल पड़ा। अच्छा करने वालों के साथ अच्छा ही होता है, इसी बहाने मुझे यह सुंदर जगह देखने को मिली और रास्ते में चिन्हनी में मेरी मुलाकात सुत महादेव से भी हो गई। आप सबने मिलके विजिट कर लिया है फिश एक्वेरियम नो अते नाइट एंड साउंड शो नो भी देख लिया है। थोनो वीडियो किवें लगी कमेंट करके जरूर दस्यो। फिर मिलांगे किसी नवे स्थान ते नवी वीडियो दे नाल। कमेंट विच जरूर दस्या करो वीडियो किस तरह की लगी जी। तद तक ली जी, वाह।